ਹਾਲੇਲੂਯਾ ਹਾਲੇਲੂਯਾ ਸਾਰਿਆਂ ਨੂੰ ਜੈਮਸੀ ਦੀ ਜੈਮਸੀ ਅਸੀਂ ਪਾਸਟਰ ਪੰਗਰ ਰੰਧਾਵਾ ਮਿਨਿਸਟਰੀ ਵੱਲੋਂ ਚਵਾਰ ਰੋਡ ਤੋਂ ਬੋਲ ਰਹੇ ਹਾਂ ਅੱਜ ਕੱਲ੍ਹ ਤੁਸੀਂ ਸੋਸ਼ਲ ਮੀਡੀਆ 'ਤੇ ਦੇਖਿਆ ਹੋਣਾ ਕਿ ਇੱਕ ਵੀਰ ਆਇਆ ਗੁਰਪ੍ਰੀਤ ਜੀ ਜਿਨ੍ਹਾਂ ਨੇ ਇੱਕ ਕਰੂਸ਼ਲ ਸ਼ਬਦ ਆ ਜਿਹੜਾ ਹੈਗਾ ਵਾ ਲੜਾਈ ਦਾ ਚਿੰਨ੍ਹ ਦੱਸ ਕੇ ਪੂਰੇ ਪੰਜਾਬ 'ਚ ਮਾਹੌਲ ਖਰਾਬ ਕੀਤਾ ਦਾ ਵਾ ਮੈਂ ਉਸ ਵੀਰ ਨੂੰ ਪੁੱਛਣਾ ਚਾਹੁੰਦਾ ਵਾਂ ਕਿ ਜਿਸ ਦਿਨ ਪ੍ਰਭੂ ਦੇ ਦਾਸ ਨੇ ਉੱਥੇ ਕਰੂਸ਼ਡ ਕੀਤਾ ਕਿੰਨੇ ਕੁ ਲੋਕਾਂ ਦੇ ਉੱਥੇ ਡਾਂਗਾਂ ਜਾਂ ਤਲਵਾਰਾਂ ਚਲਾਈਆਂ ਗਿਆ ਇਹ ਸ਼ਬਦ ਜਿਹੜਾ ਉਹ ਦੱਸਦੇ ਪਏ ਕਿ ਲੜਾਈ ਦਾ ਇੱਦਾਂ ਦਾ ਕੁਛ ਨਹੀਂ ਹੈਗਾ ਕਿਉਂਕਿ ਸਾਡੇ ਖੁਦਾਵੰਦ ਪ੍ਰਭੂ ਯਿਸੂ ਮਸੀਹ ਸ਼ਾਂਤੀ ਦਾ ਸੰਦੇਸ਼ ਦਿੰਦੇ ਔਰ ਪ੍ਰਭੂ ਦੇ ਦਾਸ ਵੀ ਉਸੇ ਚੀਜ਼ ਨੂੰ ਫੋਲੋ ਕਰਦੇ ਬਿਮਾਰਾਂ ਲਈ ਪ੍ਰਾਰਥਨਾ ਕਰਦੇ ਔਰ ਉਹ ਸ਼ਿਫਾ ਪਾਉਂਦੇ ਵਾ ਇਹ ਕਹਿੰਦਾ ਕਿ ਉਹਨਾਂ ਨੇ ਮੁਰਦਿਆਂ ਨੂੰ ਜ਼ਿੰਦਾ ਕੀਤਾ ਇਹ ਉਸ ਵੀਡੀਓ ਨੂੰ ਸਾਹਮਣੇ ਲੈ ਕੇ ਆਵੇ ਕਿ ਜਿੱਥੇ ਅਪੋਸਟਲ ਜੀ ਨੇ ਇਹ ਵਰਡ ਇਸਤੇਮਾਲ ਕੀਤਾ ਹੋਵੇ ਕਿ ਉਹਨਾਂ ਨੇ ਮੁਰਦਿਆਂ ਨੂੰ ਜ਼ਿੰਦਾ ਕੀਤਾ ਉਹ ਕੁਛ ਨਹੀਂ ਕਰਦੇ ਅਗਰ ਕਰਦੇ ਆ ਉਹ ਖੁਦਾਵੰਦ ਯਿਸੂ ਕਰਦੇ ਆ ਪ੍ਰਭੂ ਦੇ ਦਾਸ ਦਾ ਕੰਮ ਕੀ ਆ ਉਹਨਾਂ ਦਾ ਕੰਮ ਸਿਰਫ ਬਿਮਾਰਾਂ ਲਈ ਪ੍ਰਾਰਥਨਾ ਕਰਨੀ ਔਰ ਉਹ ਸ਼ਿਫਾ ਪਾਉਂਦੇ ਵਾ ਔਰ ਪ੍ਰਭੂ ਦੇ ਨਾਂ ਦੀ ਮਹਿਮਾ ਕਰਦੇ ਵਾ ਅਮੀਨ ਤੇ ਅਸੀਂ ਪੁਲਿਸ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਵਾਂ ਕਿ ਜਿਹੜੇ ਇੱਦਾਂ ਦੇ ਲੋਕ ਆ ਕੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਵਾ ਜਿਹੜੇ ਇਸ ਵਰਡ ਨੂੰ ਕਰੂਸ਼ਡ ਨੂੰ ਲੈ ਕੇ ਜਿਹੜਾ ਐਡਾ ਵੱਡਾ ਇਹਨਾਂ ਨੇ ਮਾਹੌਲ ਬਣਾਇਆ ਜਿਹੜਾ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਦੱਸ ਰਹੇ ਕਿ ਇਹ ਲੜਾਈ ਦਾ ਚਿੰਨ੍ਹ ਹੈ ਮੈਂ ਵੀਰ ਹੋਰਾਂ ਪੁੱਛਣਾ ਚਾਹੁੰਦਾ ਵਾਂ ਕਿ ਜਿਸ ਦਿਨ ਰਣਜੀਤ ਐਵਨਿਊ ਦੇ ਵਿੱਚ ਕਰੂਸ਼ਡ ਪ੍ਰਭੂ ਦਾ ਸਤਸੰਗ ਕੀਤਾ ਗਿਆ ਸੀ ਉੱਥੇ ਦੱਸ ਦਿਨ ਕਿ ਕਿੰਨੇ ਲੋਕਾਂ ਦੇ ਤਲਵਾਰਾਂ ਜਾਂ ਲਾਠੀਆਂ ਚਲਾਈਆਂ ਗਿਆ ਸਰਾਸਰ ਇਹ ਗਲਤ ਹੈ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਆਇਆ ਅਗਰ ਇਸੇ ਤਰ੍ਹਾਂ ਦੀ ਇਹ ਚੀਜ਼ ਚੱਲਦੀ ਰਹੀ ਤਾਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਹਿੰਦੇ ਵਾਂ ਕਿ ਇਹਨਾਂ 'ਤੇ ਨੱਥ ਪਾਈ ਜਾਏ ਤਾਂ ਕਿ ਪ੍ਰਭੂ ਦੇ ਦਾਸ ਜੋ ਵੀ ਪ੍ਰਭੂ ਦਾ ਸਤਸੰਗ ਕਰਦੇ ਵਾ ਉਹ ਮਾਹੌਲ ਖਰਾਬ ਨਾ ਕਰ ਸਕੇ ਅਸੀਂ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਹਾਂ ਸਾਰਿਆਂ ਨੂੰ ਜੈ ਮਸੀਹ ਦੀ।